ਭਾਈ ਜੀ ਸਤਿ ਸ੍ਰੀ ਅਕਾਲ ਮੈਂ ਲੋਪੂ ਰਗਵਾੜ ਜੁਗਰਾਉਂ ਦਾ ਰਹਿਣ ਵਾਲਾ ਜੋ ਕਿ ਮੈਂ ਮੋਟਾਪੇ ਤੋਂ ਬਹੁਤ ਦੁਖੀ ਸੀ ਜੋ ਕਿ ਮੇਰਾ 1 ਕੁਇੰਟਲ 60 ਕਿਲੋ ਵਜ਼ਨ ਸੀ ਉਸ ਦੇ ਨਾਲ ਹੀ ਮੈਨੂੰ 360 ਸ਼ੂਗਰ ਬਲੱਡ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਮੈਂ ਘੇਰਿਆ ਹੋਇਆ ਸੀ ਜਦੋਂ ਮੈਨੂੰ ਨਾਨਕ ਸਰ ਹੋਸਪਿਟਲ ਦੇ ਵਿੱਚੋਂ ਪਤਾ ਚੱਲਿਆ ਡਾਕਟਰ ਅਹਿਮਦ ਸੂਦ ਜੀ ਜੋ ਕਿ ਬੰਬੇ ਤੋਂ ਟ੍ਰੇਨਿੰਗ ਕਰਕੇ ਇੱਥੇ ਆਏ ਹੋਏ ਨੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਮੇਰਾ ਹਰਨੀਆਂ ਦਾ ਆਪਰੇਸ਼ਨ ਕੀਤਾ ਸੀ ਮੈਂ ਉਹਨਾਂ ਨੂੰ ਮਿਲਣ ਦੀ ਖਾਤਰ ਮੋਗੇ ਗਿਆ ਮੋਗੇ ਮਿਲਿਆ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਆਪਣੀਆਂ ਬਿਮਾਰੀਆਂ ਦਾ ਹਾਲ ਚਾਲ ਦੱਸਿਆ ਉਹਨਾਂ ਨੂੰ ਹਾਲ ਚਾਲ ਸਾਂਝਾ ਕਰਕੇ ਮੈਂ ਉਹਨਾਂ ਨੇ ਮੇਰਾ ਆਪਰੇਸ਼ਨ ਕੀਤਾ ਆਪਰੇਸ਼ਨ ਇੰਨਾ ਸਹੀ ਇੰਨਾ ਅੱਛਾ ਤੇ ਬਹੁਤ ਵਧੀਆ ਕਰਕੇ ਕੀਤਾ ਜਿਸ ਦੇ ਵਿੱਚ 1 ਕੁਇੰਟਲ 60 ਕਿਲੋ ਤੋਂ ਘੱਟ ਕੇ ਹੁਣ ਮੇਰਾ ਭਾਰ 85 ਕਿਲੋ ਰਹਿ ਚੁੱਕਾ ਜੋ ਕਿ 6-7 ਮਹੀਨਿਆਂ ਦੇ ਵਿੱਚ ਇੰਨੇ ਮਿੰਟਾਂ ਵਜਨ ਘੱਟ ਗਿਆ ਇਸ ਦੇ ਨਾਲ ਹੀ ਸਟਾਫ ਜੋ ਕਿ ਅੰਦਰ ਸਟਾਫ ਬਹੁਤ ਅੱਛਾ ਬਹੁਤ ਸਮਝ ਵਾਲੇ ਬਹੁਤ ਹੀ ਪਿਆਰ ਨਾਲ ਦੇਖਦੇ ਆ ਡਾਕਟਰ ਸਾਹਿਬ ਬਹੁਤ ਹੀ ਪਿਆਰ ਵਾਲੇ ਡਾਕਟਰ ਸਾਹਿਬ ਹਨ ਤੇ ਮੋਗਾ ਅਹਿਮਦ ਸੂਦ ਡਾਕਟਰ ਸਾਹਿਬ ਨੂੰ ਮਿਲੋ ਮੋਟਾਪੇ ਤੋਂ ਪਰੇਸ਼ਾਨੀ ਬਿਮਾਰੀ ਸ਼ੂਗਰ ਬਲੱਡ ਹੋਰ ਮੋਟਾਪੇ ਤੋਂ ਹੈਰਨੀਆਂ ਦਾ ਕਿ ਜੋ ਕਿ ਮੈਂ ਰੋਜ਼ 1 ਗੋਲੀ ਸ਼ੂਗਰ ਦੀ ਵੀ ਬਲੱਡ ਦੀ ਵੀ ਦਿਲ ਦੀ ਧੜਕਣ ਦੀ ਵੀ ਸਾਹ ਦੀ ਵੀ ਤੇ ਲੱਤਾਂ ਤੋਂ ਇੰਨਾ ਦੁਖੀ ਸੀ ਲੱਤਾਂ ਦੇ ਵਿੱਚ ਪਾਕ ਪੈ ਗਈ ਸੀ ਜੋ ਮੈਂ ਗੋਲੀ ਆਪਦੇ ਸਿਰਹਾਣੇ ਹੇਠਾਂ ਲੈ ਕੇ ਰੱਖਦਾ ਸੀ ਇਹ ਆਪਰੇਸ਼ਨ ਕਰਾਉਣ ਤੋਂ ਬਾਅਦ ਚ ਜੋ ਕਿ ਮੈਂ 6 ਮਹੀਨੇ ਤੋਂ ਕੋਈ ਬਲੱਡ ਦੀ ਕੋਈ ਸ਼ੂਗਰ ਦੀ ਕੋਈ ਵੀ ਮੈਂ ਦਵਾਈ ਨਹੀਂ ਲੈ ਰਿਹਾ ਕੋਈ ਗੋਲੀ ਨਹੀਂ ਖਾ ਰਿਹਾ ਸ਼ੂਗਰ ਮੇਰਾ ਜਮਾਂ ਨਿਲ ਆ ਬਲੱਡ ਮੈਨੂੰ ਨਹੀਂ ਗਾ ਹੋਰ ਸਭ ਬਿਮਾਰੀਆਂ ਮੈਥੋਂ ਦੂਰ ਆ ਧੜਕਣ ਮੇਰੀ ਨਹੀਂ ਕਿਤੇ ਵਧੀ ਤੁਰ ਮੈਥੋਂ ਨਹੀਂ ਹੁੰਦਾ ਸੀ ਲੱਤਾਂ ਮੇਰੀਆਂ ਸਹੀ ਆ ਪੈਰ ਸੋਚਾਂ ਦੇ ਪੈਰ ਵੀ ਬਿਲਕੁਲ ਸਹੀ ਆ ਇਸ ਕਰਕੇ ਆਪਣੇ ਸਭ ਭੈਣ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਡਾਕਟਰ ਅਹਿਮਦ ਸੂਦ ਜੀ ਮੋਗਾ ਵਾਲਿਆਂ ਨੂੰ ਮਿਲੋ ਮਿਲ ਕੇ ਆਪਦਾ ਦੁੱਖ ਹਾਲ ਤੋਂ ਛੁਟਕਾਰਾ ਪਾਓ।